ਹੁਣ ਆਪਾਂ ਇਹਨੂੰ ਚੈਰੀ ਨਾਲ ਹੀ ਜਿਹੜਾ ਗਾਰਨਿਸ਼ ਕਰ ਲਿਆ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਇਹ ਕੇਕ ਇਹ ਤੇ ਤੁਸੀਂ ਤੇ ਇਹ ਦੇਖੋ ਦੋਸਤੋ ਆਪਣਾ ਕੇਕ ਜੰਮ ਚੁੱਕਾ ਹੈ ਤੇ ਇਹਨੂੰ 2 ਘੰਟੇ ਹੋ ਚੁੱਕੇ ਨੇ ਫ੍ਰੀਜ਼ ਹੋ ਚੁੱਕਾ ਹੈ ਪੂਰਾ ਜੈਲੀ ਦੀ ਫੋਮ ਦੇ ਵਿੱਚ ਇਹ ਦੇਖੋ ਆ ਚੁੱਕਾ ਹੈ ਦੇਖੋ ਇਹ ਪੂਰਾ ਐ ਜੈਲੀ ਦੀ ਫੋਮ ਦੇ ਵਿੱਚ ਇਹ ਦੇਖੋ ਆ ਚੁੱਕਾ ਹੈ ਇਹ ਸਾਰੀ ਚੀਜ਼ ਦੇਖੋ ਕਿੰਨਾ ਸੋਹਣਾ ਬਣ ਚੁੱਕਾ ਹੈ ਕੇਕ ਸਤਿ ਸ਼੍ਰੀ ਅਕਾਲ ਮੇਰਾ ਚੈਨਲ ਦੇਖਦੇ ਹੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦਾ ਵਲੌਗ ਆਪਾਂ ਤੋਂ ਸ਼ੁਰੂ ਕਰਾਂਗੇ ਅੱਜ ਦੇ ਵਲੌਗ 'ਚ ਆਪਾਂ ਲੈ ਕੇ ਆਏ ਜੀ ਜੈਲੀ ਫਰੂਟ ਕੇਕ ਤੇ ਜਿੱਦਾਂ ਕਿ ਤੁਹਾਨੂੰ ਬਾਜ਼ਾਰਾਂ 'ਚ ਪਤਾ ਹੈ ਕਿ ਜੈਲੀ ਫਰੂਟ ਕੇਕ ਜਿਹੜਾ ਬਹੁਤ ਮਹਿੰਗਾ ਮਿਲਦਾ ਹੈ ਤੇ ਉਹ ਕੋਸਟਲੀ ਬਹੁਤ ਹੁੰਦਾ ਹੈ ਪਰ ਉਹ ਟੇਸਟੀ ਵੀ ਇੰਨਾ ਹੁੰਦਾ ਹੁਣ ਆਪਾਂ ਉਹ ਜਿਹੜੀ ਚੀਜ਼ ਸੇਮ ਟੂ ਸੇਮ ਆਪਾਂ ਘਰੇ ਬਣਾਵਾਂਗੇ ਉਹ ਬਹੁਤ ਟੇਸਟੀ ਮਤਲਬ ਕਿ ਟ੍ਰਾਂਸਪੇਰੈਂਟ ਕੇਕ ਹੈ ਉਹਦੇ ਵਿੱਚੋਂ ਜੋ ਫਰੂਟਸ ਦਾ ਟੇਸਟ ਆਉਂਦਾ ਹੈ ਮਤਲਬ ਕਿ ਉਹਦੇ ਵਿੱਚ ਮੈਂਗੋ ਵੀ ਤੁਸੀਂ ਪਾ ਸਕਦੇ ਹੋ ਤੁਸੀਂ ਗ੍ਰੇਪਸ ਵੀ ਪਾ ਸਕਦੇ ਹੋ ਬਲੈਕ ਗ੍ਰੇਪਸ ਵੀ ਪਾ ਸਕਦੇ ਹੋ ਤੇ ਜੂਸੀ ਕੇਕ ਨੂੰ ਇੱਕ ਹਿਸਾਬ ਦਾ ਆਪਾਂ ਕਹਿ ਸਕਦੇ ਮਤਲਬ ਕਿ ਵਿੱਚ ਫਰੂਟ ਦਾ ਟੇਸਟ ਵੀ ਆਉਂਦਾ ਇੱਕ ਸਾਈਡ ਤੋਂ ਕੇਕ ਦਾ ਟੇਸਟ ਵੀ ਆਉਂਦਾ ਉਹਨੂੰ ਆਪਾਂ ਹੈਲਦੀ ਕੇਕ ਵੀ ਕਹਿ ਸਕਦੇ ਹਾਂ ਤੇ ਜਿਹੜਾ ਉਹਦਾ ਜੋ ਉਹਦੇ ਵਿੱਚ ਸਭ ਤੋਂ ਸਮਾਨ ਪਾਇਆ ਆਪਾਂ ਤੁਹਾਨੂੰ ਆ ਜਾਓ ਹੁਣ ਦਿਖਾ ਦਿੰਦੇ ਹਾਂ ਆਪਾਂ ਹੁਣ ਉਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਇਹ ਦੇਖੋ ਇਹਨਾਂ ਮੈਂ ਫਰੂਟਸ ਦੀ ਸਾਰਿਆਂ ਦੀ ਕਟਿੰਗ ਕਰ ਲਈ ਹੈ ਇਹ ਦੇਖੋ ਇਹਦੇ ਵਿੱਚ ਮੈਂ ਲਏ ਨੇ 3 ਬਨਾਨਾਸ ਤੇ ਇਹ ਆਪਾਂ ਇੱਕ ਲਿਆ ਜੀ ਕੱਟ ਕੇ ਐਪਲ ਤੇ ਇਹਨੂੰ ਤੁਸੀਂ ਇਦਾਂ ਡਾਈਸ ਪੀਸ ਦੇ ਵਿੱਚ ਕੱਟਣਾ ਹੈ ਤਾਂ ਮੈਂ ਹਜੇ ਸਿੰਪਲ ਦੇ ਵਿੱਚ ਕਟਿੰਗ ਕੀਤੀ ਇਹਦੀ ਫਿਰ ਇੱਕ ਲਿਆ ਜੀ ਮੈਂ ਕੀਵੀ ਥੋੜੇ ਜਿਹੇ ਅਨਾਰ ਨਾਲ ਇੱਕ ਆਪਾਂ ਇਹ ਔਰੇਂਜ ਉਹ ਛਿਲ ਕੇ ਲਿਆ ਤੁਸੀਂ ਇਹਦੇ ਵਿੱਚ ਗ੍ਰੀਨ ਗ੍ਰੇਪਸ ਵੀ ਪਾ ਸਕਦੇ ਹੋ ਤੇ ਬਲੈਕ ਗ੍ਰੇਪਸ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਹੁਣ ਇੱਕ ਮੈਂਗੋ ਲਿਆ ਜਿੱਦਾਂ ਕਿ ਤੁਹਾਨੂੰ ਪਤਾ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਮੈਂਗੋ ਵੀ ਆ ਗਏ ਨੇ ਹੁਣ ਆਪਾਂ ਇਹਦੇ ਵਿੱਚ ਇੱਕ ਮੈਂਗੋ ਕੱਟ ਕੇ ਲਿਆ ਇਹ ਦੇਖੋ ਇਹ ਮੈਂ ਲਿਆ ਅਗਰ-ਅਗਰ ਪਾਊਡਰ ਤੇ ਇਹ ਅਗਰ-ਅਗਰ ਪਾਊਡਰ ਮੈਂ ਐਮਾਜ਼ਨ ਤੋਂ ਮੰਗਾਇਆ ਤੇ ਜਿਹੜਾ ਅਗਰ-ਅਗਰ ਪਾਊਡਰ ਹੈ ਇਹ ਜਿਹੜਾ ਕੇਕ ਦੇ ਵਿੱਚ ਜਿਹੜੀ ਜੈਲ ਬਣਦੀ ਉਹਦਾ ਕੰਮ ਕਰਦਾ ਜੈਲ ਬਣਾਉਣ ਦਾ ਕੰਮ ਕਰਦਾ ਤੇ ਇਹ ਜੀ 10 ਗ੍ਰਾਮ ਮਿਲਦਾ ਆਪਾਂ ਨੂੰ 220 ਰੁਪਏ ਦਾ 10 ਗ੍ਰਾਮ ਮਿਲਦਾ ਤੇ ਇਸ ਦਾ ਜਿਹੜਾ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੁਸੀਂ ਉੱਥੋਂ ਜਾ ਕੇ ਆਨਲਾਈਨ ਮੰਗਾ ਸਕਦੇ ਹੋ ਤੇ ਹੁਣ ਆਪਾਂ ਜਿਹੜੀ ਇੱਕ ਬਨਾਨਾਸ ਦੀ ਕਟਿੰਗ ਕਰ ਲੈਣੇ ਫਿਰ ਆਪਾਂ ਐਪਲ ਦੀ ਕਟਿੰਗ ਕਰ ਲਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਬਨਾਨਾਸ ਦੀ ਕਟਿੰਗ ਕਰ ਲੈਣੇ ਆ ਤੇ ਹੁਣ ਇਹ ਦੇਖੋ ਮੈਂ ਬਨਾਨਾ ਨੂੰ ਕੱਟ ਲਿਆ ਉਹਨਾਂ ਨੂੰ ਬਨਾਨਾ ਨੂੰ ਆਪਾਂ ਇੱਕ ਸਾਈਡ ਤੇ ਰੱਖ ਲੈਣੇ ਆ ਨੂੰ ਆਪਾਂ ਇੱਕ ਸਾਈਡ ਤੇ ਇੱਧਰ ਪਾ ਲੈਣੇ ਆ ਆਪਾਂ ਐਪਲ ਦੀ ਕਟਿੰਗ ਕਰ ਲੈਣੇ ਆ ਮੈਂ ਐਪਲ ਦੀ ਕਟਿੰਗ ਕਰ ਲਈ ਇਹ ਵੀ ਆਪਾਂ ਇੱਕ ਸਾਈਡ ਤੇ ਕੱਢ ਲੈਣੇ ਆ ਹੁਣ ਆਪਾਂ ਐਪਲ ਦੀ ਕਟਿੰਗ ਕਰ ਲਈ ਹੁਣ ਆਪਾਂ ਕੀਵੀ ਦੀ ਕਟਿੰਗ ਕਰ ਲੈਣੇ ਆ ਦੇਖੋ ਤੁਸੀਂ ਇਦਾਂ ਕਟਿੰਗ ਕਰਨੀ ਹੈ ਦੀ ਲੰਬੀ ਸਾਈਜ਼ ਚ ਦੇਖੋ ਪਤਲੇ ਪਤਲੇ ਪੀਸ ਕੱਟਣੇ ਜਿਹੜੇ ਕੇਕ ਦੇ ਵਿੱਚ ਲੱਗ ਜਾਣ ਦੇਖੋ ਇਦਾਂ ਜਿਹੜੀ ਚੀਜ਼ ਤੁਸੀਂ ਇਦਾਂ ਕੱਟ ਲੈਣੀ ਹੈ ਇਦਾਂ ਸਲਾਈਸ ਦੇ ਵਿੱਚ ਕੱਟ ਲੈਣੀ ਹੈ ਆਪਾਂ ਇਹਨੂੰ ਪਲੇਟ 'ਚ ਕੱਢ ਲੈਂਦੇ ਹਾਂ ਹੁਣ ਆਪਾਂ ਗ੍ਰੇਪਸ ਦੀ ਕਟਿੰਗ ਕਰ ਲੈਂਦੇ ਦੇਖੋ ਗ੍ਰੇਪਸ ਨੂੰ ਤੁਸੀਂ ਨਾ ਐਸ ਸਾਈਜ਼ ਕੱਟਣਾ ਹੈ ਦੇਖੋ ਇਦਾਂ ਇਦਾਂ ਕੱਟਣਾ ਗ੍ਰੇਪਸ ਨੂੰ ਤੁਸੀਂ ਮੈਂ ਪੜਦੇ ਸਾਰੇ ਗ੍ਰੇਪਸ ਕੱਟ ਲੈਂਦੇ ਹਾਂ ਦੇਖੋ ਮੈਂ ਬਲੈਕ ਗ੍ਰੇਪਸ ਦੀ ਵੀ ਕਟਿੰਗ ਕਰ ਲਈ ਹੁਣ ਆਪਾਂ ਇਹਨੂੰ ਵੀ ਪਲੇਟ 'ਚ ਕੱਢ ਲੈਂਦੇ ਇੱਕ ਸਾਈਡ ਤੇ ਤੁਸੀਂ ਬਲੈਕ ਗ੍ਰੇਪਸ ਅਲੱਗ ਕੱਢੇ ਹੋ ਤੇ ਜਿਹੜੇ ਗ੍ਰੀਨ ਸੀ ਉਹ ਅਲੱਗ ਕੱਢੇ ਹੋ ਕਿਉਂਕਿ ਜਿਹੜੇ ਜਦੋਂ ਆਪਾਂ ਬਾਊਲ ਦੇ ਵਿੱਚ ਇਹਨੂੰ ਸੈੱਟ ਕਰਨਾ ਤਾਂ ਜਿਹੜੇ ਗ੍ਰੀਨ ਨੂੰ ਗ੍ਰੇਪਸ ਅਲੱਗ ਲਾਵਾਂਗੇ ਜਿਹੜੇ ਬਲੈਕ ਗ੍ਰੇਪਸ ਹੈ ਉਹ ਆਪਾਂ ਅਲੱਗ ਲਾਵਾਂਗੇ ਨਹੀਂ ਦੇਖੋ ਇਹ ਸਾਰੀ ਚੀਜ਼ ਫਰੂਟਸ ਦੀ ਆਪਾਂ ਕਟਿੰਗ ਕਰ ਲਈ ਹੁਣ ਆਪਾਂ ਇਹਨੂੰ ਜਿਹੜੇ ਅੱਗੇ ਦਾ ਜਿਹੜਾ ਮਿਕਸਚਰ ਤਿਆਰ ਕਰਨਾ ਹੁਣ ਉਹ ਤਿਆਰ ਕਰ ਲੈਂਦੇ ਆ ਆਪਾਂ ਹੁਣ ਆਪਾਂ ਇੱਦਾਂ ਦਾ ਇੱਕ ਪਤੀਲਾ ਲੈਣਾ ਪਤਲ ਦਾ ਪਤੀਲਾ ਲੈ ਤੁਸੀਂ ਇਹ ਪਤੀਲਾ ਵੀ ਲੈ ਸਕਦੇ ਹੋ ਇਸ ਤਰ੍ਹਾਂ ਮੈਂ ਪੈਨ ਲਿਆ ਇੱਕ ਇਹਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਪਾ ਦੇਣਾ ਹੈ ਪਾਣੀ ਜਿੰਨਾ ਤੁਸੀਂ ਪਾਣੀ ਪਾਉਣਾ ਚਾਹੁੰਦੇ ਹੋ ਉਹਨਾਂ ਤੁਸੀਂ ਪਾਣੀ ਪਾ ਸਕਦੇ ਹੋ ਜਿੰਨਾ ਤੁਸੀਂ ਕੇਕ ਬਣਾਉਣਾ ਚਾਹੁੰਦੇ ਹੋ ਉਹਨਾਂ ਤੁਸੀਂ ਪਾਣੀ ਪਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲੈਂਦੇ ਹਾਂ ਇਹ ਮੈਂ ਇਸ ਟਾਈਮ 2 ਗਲਾਸ ਪਾਣੀ ਲਿਆ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਗੈਸ ਪਾ ਲੈਂਦੇ ਹਾਂ ਹੁਣ ਆਪਾਂ ਇਹ ਜਿਹੜਾ ਪਾਣੀ ਹੈ ਨਾ ਇਹ ਜਦ ਤੱਕ ਗਰਮ ਹੁੰਦਾ ਹੈ ਹੁਣ ਆਪਾਂ ਇਹਦੇ ਵਿੱਚ ਜਿਹੜੀ ਹੈ ਥੋੜ੍ਹੀ ਜਿਹੀ ਆਪਾਂ ਚੀਨੀ ਪਾ ਦਾਂਗੇ ਜਿੰਨਾ ਤੁਸੀਂ ਮਿੱਠਾ ਖਾਂਦੇ ਹੋ ਤੁਸੀਂ ਉਨੀ ਚੀਨੀ ਪਾ ਦੇਣੀ ਹੈ ਇਹਦੇ ਵਿੱਚ ਹੁਣ ਆਪਾਂ ਇੱਕ ਕੜਛੀ ਦੀ ਮਦਦ ਦੇ ਨਾਲ ਨਾ ਇਹਨੂੰ ਐਂ ਕਰਕੇ ਚੰਗੀ ਤਰ੍ਹਾਂ ਚਲਾਈ ਜਾਣਾ ਜਿਹੜੀ ਇਹ ਖੰਡ ਇਹਦੇ ਵਿੱਚ ਖੁਰ ਜੇ ਤੁਸੀਂ ਖੰਡ ਦੇ ਉੱਤੇ ਪੱਤ ਨਹੀਂ ਚੜਾਉਣੀ ਮਤਲਬ ਕਿ ਇਹਨੂੰ ਚੰਗੀ ਤਰ੍ਹਾਂ ਗਾਲਾ ਨਹੀਂ ਕਰਨਾ ਖੰਡ ਇਹ ਦੇਖੋ ਜਿਹੜਾ ਆਪਣਾ ਚੀਨੀ ਇਹ ਰੈਡੀ ਹੋ ਚੁੱਕਾ ਹੈ ਘੋਲ ਹੈ ਆਪਾਂ ਇਹਦੇ ਵਿੱਚ ਅਗਰ ਅਗਰ ਪਾਊਡਰ ਮਿਕਸ ਕਰ ਦਿੰਦੇ ਹਾਂ ਇਹਦੇ ਵਿੱਚ ਆਪਾਂ 1 ਟੇਬਲ ਸਪੂਨ ਜਿਹੜਾ ਇਹ ਅਗਰ ਅਗਰ ਪਾਊਡਰ ਮਿਕਸ ਕਰ ਦੇਣਾ ਹੈ ਹੁਣ ਤੁਸੀਂ ਗੈਸ ਤੇਜ਼ ਕਰਕੇ ਬਸ ਇਹਨੂੰ ਜਿਹੜਾ ਨਾਲ ਦੇ ਨਾਲ ਚਲਾਈ ਜਾਣਾ ਮਤਲਬ ਕਿ ਜਿਹੜਾ ਗਾੜਾ ਹੋ ਜਾਏ ਚੰਗੀ ਤਰ੍ਹਾਂ ਉਹਨੇ ਤੁਸੀਂ ਉਸੇ ਵੇਲੇ ਨਾਲ ਨਾਲ ਘੁਮਾਉਣਾ ਨਹੀਂ ਤਾਂ ਜਿਹੜੇ ਇਹਦੇ ਵਿੱਚ ਆਪਾਂ ਅਗਰ ਅਗਰ ਪਾਊਡਰ ਬਣਾਇਆ ਉਹਦੇ ਲੰਗਸ ਬਣ ਜਾਣਗੇ ਵਿੱਚ
चलो तुम ऐ करके देखो इदा इदा करके चलाई जाना बस। हम इन आप ठंडा कर लेने तो उबाल आ चुके ने दो तीन हूँ आप चंगी तरह ठंडा कर लेने बाद इन आप बॉल दे विच सैट कर लाँगे। ये देखो जिहड़ा अपना शुगर का जिहड़ा अगर अगर पाउडर तो शुगर का जिहड़ा सिरप है हुण काफ़ी हद तक ठंडा हो चुका है। हुण आपां केक का अगला स्टैप शुरू करते हैं, इसे सजावट करते। सब तो पहले तुम एक कड़छी देखो इदा का थोड़ा जिहा सिरप इहदे विच पा लेना बाउल दे विच इदा पा के फिर इहदे विच तुसीं इह कीवी ला लैणे थल्ले इदा देखो चारे साइड से इदा तुसीं ला लैणे आ। सारे बन्ने इदा आप लावांगे जिहदे विच आप ग्रेप्स रख दिंदे आ साइड साइड ते आप ग्रेप्स ला लांगे इहदे विच इदा तुसीं इहदे विच ग्रेप्स रख लैणे ने। आप ग्रीन ग्रेप्स भी रख दिंदे आ इहदे विच जिहड़ा अगर अगर का जिहड़ा इह सिरप है इहने जिहड़ा इह सिरप है इहने नाल नाल ही जिहड़ा सुकी जाणा इस करके इहनूं जल्दी जल्दी इहनूं आपां करना पऊगा ते सारा सुक जाणा जिहड़ा इहदा सिरप है। इह मैं भी पहली वारी ट्राई कर रहा मैं हुण आपां जी साइड साइड 'ते ऑरेंज रखते हुण आपां इदां कड़छी फिर होर लै के पानी दी इहदे विच इदां आपां थोड़ा थोड़ा पानी पा लाँगे। देखो इदा अपने जिहड़े फ्रूट नहीं हिलणगे देखो हुण आपां पानी पा लिया हुण आपां जिहड़ी इह एप्पल पाउणे इहदे विच एप्पल दी इक लेयर ला देंगे आपां इहदे विच तुसीं ड्रैगन फ्रूट भी पा सकते हो। ड्रैगन फ्रूट मैनूं इस टाइम मिलिया नहीं क्योंकि गर्मियां दा सीजन है हुण ड्रैगन फ्रूट आना बंद हो गया इस करके जिहड़े हुण ड्रैगन फ्रूट बिकने घट हो गए ने। हुण आपां देखो एप्पल की लेयर ला ली हुण आपां फिर थोड़ा जिहा पानी पा लैणे इहदे विच हुण आपां फिर थोड़ा जिहा इहदे विच जिहड़ा अगर अगर पाउडर का सिरप है वह पा लैणे आ। इह देखो हुण इहनूं थोड़ा जिहा टाइम लगेगा क्योंकि इहनूं सुकण ते थोड़ा जिहा तुसीं ना विच विच टाइम देणा नहीं तो जिहड़े फ्रूट्स तुहाडे उपर नूं आ जाणगे सारे वधिया नहीं लगणगे इस करके थोड़ा ना तुसीं इहनां नूं टाइम देणा इहनूं सुकण वास्ते। इदा हुण आपां साइड साइड ते ग्रेप्स ला लांगे इह मैं दोनों मिक्स करके ला रहा तुसीं जिहड़ा मर्जी भी एक एक करके भी ला सकते हो जिद्दां लेयर लेयर भी कल्ली ला सकते हो। आपां इहदे पानी पा लैंदे जिहड़ा पानी इह जिहड़ा सिरप है नाल दी नाल ही सुकी जांदा इस करके इहनूं तुसीं थोड़ा ध्यान नाल पाउणा जिहड़े फ्रूट्स दे उपर नूं ना आउण। हुण आपां इहदे विच थोड़ा जिहा अनार पा दिंदे इहदे विच साइड साइड से पा रहा मैं हम आप बनाना पा लें एक लेयर आप बनाना की ला लेंगे साइड साइड से ये मैं ज़्यादा बनाना पा रहा ये मैं ज़्यादा बनाना पा रहा ये ज़्यादा एप्पल भी पा सकते हो ड्रैगन फ्रूट भी पा सकते हो कीवी भी पा सकते हो जिदा तुम बनाना चाहते हो। हम देखो अपने जिहड़े ये मैंगो ने भी आप ला लेंगे इदा साइड साइड ते रखी जाने तुसीं देखो जिहड़े हुण कीवी अपने भी रख दिंदे आ आपां इदा तुसीं सारा पानी पा लैणा इहदे विच देखो इहनूं तुसीं नीचे नूं कर देना जे तुहाडे मतलब कि फ्रूट्स बाहर नूं आउंदे तुसीं इहनां नप के नीचे नूं कर देना। इह देखो हुण अपने जिहड़ा ये बन के तैयार हो चुका है इहनूं हुण आपां फ्रीजर दे विच रख दिंदे आ ते देखो हुण आपां केक नूं रेडी कर लिया। जे तुहाडे कोल टाइम घट है जिद्दां कि तुहाडे घर कोई गैसट आउंदा तुसीं उहनां वास्ते बनाउणा चाहुंदे हो फिर तुसीं इहनूं फ्रीजर दे विच वी रख सकदे हो। जे तुहाडे कोल टाइम नहीं मतलब कि टाइम तुहाडे कोल ज़्यादा फिर तुसीं इहनूं बाहर वी रख सकदे हो जिद्दां तुहाडी मर्जी तुसीं उद्दां रख सकदे हो। जदों पूरा जैली दे फॉर्म 'च आ गया फिर आपां तुहानूं दिखाउंदे आ
ये देखो दोस्तों अपना केक जम चुका है तो इन्हू दो घंटे हो चुके ने फ्रीज हो चुका है पूरा जैली की फोम देखो आ चुका है देखो ये पूरा ए जैली की फोम देखो आ चुका है ये सारी चीज़ देखो कितना सोहना बन चुका है केक तो ये जो केक है बाजारों के तुम मिलता जाऊगा पर बहुत कॉस्टली होंगे केक नाले उस कुछ नहीं पता होंगे कि वह की उन्होंने कि फ्रूट्स पाए ने कि बहर आप पता नहीं हूँ उन्होंने कहो जी चीज़ में पाई है तो ये देखो आप हम घर हाइजीनिक तरीके केक बनाया है हूँ आप एक बाउल च कढ़ लें तो यह जो केक है इनू देखो इदा दहल एक नाइफ लैके फिर यदि साइड साइड तो इदा ए मारनी होंगी है देखो चार साइड है तो थोड़ा थोड़ा ए करके घुमा देना तुम्हें इन चाकू में क्योंकि जो च बाउल के नाल चिपके हों उस करके फिर नहीं निकलता उदा तो ये देखो इन आप इदा कट मार के साइड साइड तो इदा फिर ये देखो इदा बाउल लैके फिर आप प्लेट रख के उत्ते फिर उस तो बाद ये देखो इदा तुम प्लेट में ए करके टाइटली इन नीचे रख लें आप फिर थोड़ा जहाँ देखो मारना कि जड़ा ये देखो अपना केक बन के रेडी हो चुका है देखो ये देखो हम आप इन चेरी ना ही जो गार्निश कर लिया देखो कि सोहना लगता पाया है केक ये तो सजावट करने की भी कोई लोड़ नहीं है देखो वैसे भी कि सोहना लगता पे फ्रूट देखो कि सोहने लगते पे ने तो देखो जी हम आप एक सलाइस कट लिया देखो कि सोहनिया लेयर लगदी पे जिदा आप मैंगो की लेयर जी एप्पल की लेयर लाई है देखो सारिया लेयर ये दिखदिया पे हूँ तुम आप फोक नाल कट के दिखा दें ये देखो कि टेस्टी लगता पे है तुम घर बनाओ ये अपनी गर्मियों का ठंडा मिठा जो फूड है तो ये मैं मेरा भी है पहली बार मैं भी इनू पहली बार ट्राई किया मैं नहीं बना पहली बार कोशिश की कोशिश किया नहीं हो सकता देखो मैं खुद मैं मेरी पहली बार घर बना के देखियो बहुत टेस्टी बनता है केक कोशिश की हर कुछ हो सकता है तो हूँ तुम मैं कमेंट करके जरूर दस्यो तुम मेरी अज भी कि लगी जो वीडियो चंकी लगी लाइक शेयर जरूर कर दौ चैनल सबसक्राइब जरूर कर दो हम आप मिलते जाएगी वीडियो बाय।